ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਣ ਵਾਲੇ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਹਲੇ ਤੱਕ ਦੋਸਤੋ ਰਿਹਾਨੀ ਕੀਤਾ ਤੇ ਹਰੇਕ ਬੰਦੇ ਦੇ ਮਨ ਵਿੱਚ ਸਵਾਲ ਹੈ ਵੀ ਕਦੋਂ ਬਾਹਰ ਆਵੇਗਾ ਅਮਰਪਾਲ ਸਿੰਘ ਖਾਲਸਾ ਦੱਸ ਦਿਓ ਦੋਸਤੋ ਡੇਢ ਸਾਲ ਪਹਿਲਾਂ ਅਮਰਪਾਲ ਸਿੰਘ ਖਾਲਸਾ ਤੇ ਐਨਐਸਏ ਲਗਾਈ ਗਈ ਸੀ ਤੇ ਉਸ ਤੋਂ ਬਾਅਦ ਡਿਊਬਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਅਮਰਪਾਲ ਸਿੰਘ ਖਾਲਸਾ ਦੇ ਨਾਲ ਉਸਦੇ ਸਾਥੀ ਪ੍ਰਧਾਨ ਮੰਤਰੀ ਵੱਜ ਕੇ ਦਲਜੀਤ ਕਾਲ ਸੀ ਤੇ ਹੋਰ ਵੀ ਕਾਫੀ ਸਿੰਘ ਜਿਹੜੇ ਨਾਲ ਸੀਗੇ ਤਾਂ ਉਸ ਤੋਂ ਬਾਅਦ ਦੋਸਤੋ ਅੱਜ ਤੱਕ ਭਾਈ ਅਮਰਪਾਲ ਸਿੰਘ ਨੂੰ ਜਿਹੜੀ ਜ਼ਮਾਨਤ ਨਹੀਂ ਮਿਲੀ ਪੰਜਾਬ ਦੇ ਨਾਲ ਨਾਲ ਦੋਸਤੋ ਹੁਣ ਯੂਐਸਏ ਵਰਗੇ ਵੱਡੇ ਦੇਸ਼ ਵਿੱਚ ਵੀ ਜਿਹੜੀ ਮੰਗ ਉੱਠ ਗਈ ਵੀ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਰਿਹਾ ਕਰਿਆ ਜਾਵੇ ਤਾਂ ਦੋਸਤੋ ਕੇਂਦਰ ਸਰਕਾਰ ਦੀ ਇੱਥੇ ਬਹੁਤ ਵੱਡੀ ناکامی ਹੈ ਤੇ ਭਗਵੰਤ ਮਾਨ ਸਰਕਾਰ ਨੇ ਜਿਹੜਾ ਮੋਦੀ ਦਾ ਬਹੁਤ ਵੱਡਾ ਸਾਥ ਦਿੱਤਾ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਭਗਵੰਤ ਮਾਨ ਨੇ ਅਮਰਪਾਲ ਸਿੰਘ ਖਾਲਸਾ ਨੂੰ ਜਿਹੜਾ ਡਿਊਗੜ ਜੇਲ੍ਹ ਵਿੱਚ ਭੇਜਿਆ ਗਿਆ ਸੀਗਾ ਤਾਂ ਦੋਸਤੋ ਬਿਨਾਂ ਕਸੂਰ ਤੋਂ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਜਿਹੜਾ ਜੇਲ੍ਹ ਵਿੱਚ ਭੇਜਿਆ ਗਿਆ ਸੀ ਦੱਸਦੇ ਇਹ 1.5 ਸਾਲ 2 ਸਾਲ ਪਹਿਲਾਂ ਇੱਕ ਖਾਲਸਾ ਬਹਿਰ ਨਾਮ ਦੀ ਜਿਹੜੀ ਕਰ ਲਹਿਰ ਚੱਲੀ ਸੀਗੀ ਪੰਜਾਬ ਦੇ ਵਿੱਚ ਜਿੱਥੇ ਅਮਰਤਪਾਲ ਸਿੰਘ ਖਾਲਸਾ ਪੰਜਾਬ ਦੇ ਨਵੇਂ ਨੌਜਵਾਨਾਂ ਨੂੰ ਜਿਹੜਾ ਅਮਰਤ ਛਕਾਉਂਦਾ ਸੀ ਤਾਂ ਦੋਸਤੋ ਅਮਰਤਪਾਲ ਸਿੰਘ ਖਾਲਸਾ ਦੀ ਬਾਦੀ ਸ਼ਕਤੀ ਨੂੰ ਦੇਖਦੇ ਹੋਏ ਸੈਂਟਰ ਸਰਕਾਰ ਨਾਲ ਮਿਲ ਕੇ ਭਗਵੰਤ ਮਾਨ ਸਰਕਾਰ ਨੇ ਜਿਹੜਾ ਇੱਕ ਝੂਠੀ ਕਾਰਵਾਈ ਕਰਕੇ ਜੇਲ੍ਹ ਦੇ ਅੰਦਰ ਭੇਜ ਦਿੱਤਾ ਦੋਸਤੋ ਉਸ ਤੋਂ ਬਾਅਦ ਜਿਹੜਾ ਦੁਬਾਰੇ ਜ਼ਮਾਨਤ ਨਹੀਂ ਮਿਲ ਦਿੱਤੀ ਤੇ ਹੁਣ ਜਿਹੜੀ ਐਨਐਸਏ ਉਹ ਇੱਕ ਸਾਲ ਵਾਸਤੇ ਫੇਰ ਤੋਂ ਵਧਾ ਦਿੱਤੀ ਤਾਂ ਦੋਸਤੋ ਹੁਣ ਸਾਰੇ ਸੋਚਦਾ ਵੀ ਅਮਰਪਾਲ ਸਿੰਘ ਖਾਲਸਾ ਬਾਹਰ ਕਦੋਂ ਆਵੇਗਾ ਪਹਿਲਾਂ ਇੱਕ ਦਿਨ ਤੈਅ ਕੀਤਾ ਗਿਆ ਸੀ ਕਿ 24 ਜੂਨ ਨੂੰ ਜਿਹੜਾ ਅਮਰਪਾਲ ਸਿੰਘ ਖਾਲਸਾ ਬਾਹਰ ਆ ਸਕਦਾ ਤੇ ਅਮਰਪਾਲ ਸਿੰਘ ਖਾਲਸਾ ਵੱਲੋਂ ਮੋਦੀ ਸਰਕਾਰ ਨੂੰ ਇੱਕ ਚਿੱਠੀ ਵੀ ਲਿਖੀ ਗਈ ਸੀ ਵੀ ਸੌਜੋਕ ਸਮਾਗਮ ਵਿੱਚ ਜਿਹੜਾ ਹਾਜ਼ਰ ਹੋਣ ਲਈ ਮੈਨੂੰ ਰਿਹਾ ਕੀਤਾ ਜਾਵੇ ਮੈਨੂੰ ਜ਼ਮਾਨਤ ਦਿੱਤੀ ਜਾਵੇ ਪਰ ਦੋਸਤੋ ਕੇਂਦਰ ਸਰਕਾਰ ਨੇ ਉਹ ਚਿੱਠੀ ਨੂੰ ਜਿਹੜਾ ਨਕਾਰ ਦਿੱਤਾ ਤਾਂ ਦੋਸਤੋ ਤੁਸੀਂ ਕੀ ਮੰਨਦੇ ਹੋ ਵੀ ਅਮਰਪਾਲ ਸਿੰਘ ਖਾਲਸਾ ਬਾਹਰ ਆ ਸਕਦਾ ਜਾਂ ਨਹੀਂ ਕਮੈਂਟਾਂ ਵਿੱਚ ਜ਼ਰੂਰ ਦੱਸੋ